ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ 2017 ਦੀਆਂ ਵਿਧਾਨ ਸਭਾ ਚੋਣਾਂ ਪਿਛਲੇ 9 ਸਾਲਾਂ 'ਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਮੁੱਦੇ 'ਤੇ ਲੜੇਗੀ। ਉਹਨਾਂ ਦਾਅਵਾ ਕੀਤਾ ਕਿ ਪੰਜਾਬ 'ਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਰਵਾਏ ਗਏ ਵਿਕਾਸ ਤੋਂ ਵਿਰੋਧੀ ਧਿਰਾਂ ਹੈਰਾਨ ਹਨ ਅਤੇ ਇਸ ਦਾ ਉਹਨਾਂ ਕੋਲ ਕੋਈ ਵੀ ਜਵਾਬ ਵੀ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਸੂਬੇ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪ ਹੀ ਖਤਮ ਹੋ ਜਾਵੇਗੀ। ਉਹ ਅਗਲੇ ਮਤਲਬ 10-12 ਦਿਨਾਂ ਦੇ ਅੰਦਰ ਸਾਰੀਆਂ ਸੀਟਾਂ ਸਾਡੀਆਂ ਐਲਾਨੀ ਜਾਣਗੀਆਂ। ਤੁਸੀਂ ਦੇਖਿਓ ਤਕਰੀਬਨ 80 ਦੇ ਨੇੜੇ ਸੀਟਾਂ ਅਸੀਂ ਐਲਾਨ ਦਿੱਤੀਆਂ। 50% ਚੇਂਜਸ ਲਿਆਉਂਦੀਆਂ ਅਸੀਂ ਆਪਣੇ ਸਾਰੇ ਟੀਮ ਦੇ ਵਿੱਚ। ਬੜੀ ਸੋਚ ਸਮਝ ਕੇ ਅਸੀਂ ਸਾਰਾ ਕੁਛ ਕੀਤਾ ਹੈ, ਜਿਹਦਾ ਬਹੁਤ ਵਧੀਆ ਰਿਜ਼ਲਟ ਐਕਤੀ ਆਉਣਾ। ਮੈਰਿਟ ਨੂੰ ਦੇਖ ਕੇ ਹੀ ਅਸੀਂ ਸਾਰੇ ਫੈਸਲੇ ਲਿੱਤੇ ਹੈ। ਅਤੇ ਤੁਸੀਂ ਦੇਖਿਆ ਕਿ ਦੂਜੀਆਂ ਪਾਰਟੀਆਂ 'ਚ ਜਿਵੇਂ ਆਪ 'ਚ ਕਿੰਨਾ ਵੱਡਾ ਰੌਲਾ ਹੈ, ਉੱਥੇ ਜਿੰਨੇ ਵੀ ਕੈਂਡੀਡੇਟ ਹੈ ਅੱਧੇ ਕ੍ਰਿਮੀਨਲ ਬੈਕਗਰਾਊਂਡ ਦੇ ਹੈ। ਕਾਂਗਰਸ ਦਾ ਪਤ ਡਾਂਗੋ ਡਾਂਗੀ ਹਲੇ ਸ਼ੁਰੂ ਹੋ ਗਈ ਉਹਨਾਂ ਦੀ। ਅਤੇ ਮੈਂ ਤਾਂ ਕਹਿ ਰਿਹਾ ਸੀ ਕਿ ਜਾਇਜ਼ਾ ਵਧੀਆ ਮਾਹੌਲ ਅੱਜ ਪੰਜਾਬ 'ਚ ਹੈ, 100% ਰਿਪੀਟ ਫਿਰ ਤੋਂ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਆਊਗੀ। ਅੱਜ ਦੀ ਜਿਹੜੀ ਮੀਟਿੰਗ ਸੀ ਉਹ ਤੱਕ ਜਿਹੜਾ ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਦੇ ਵਿੱਚ ਅਸੀਂ 8 ਤਰੀਕ ਨੂੰ ਜਿਹੜਾ ਅਸੀਂ ਸਾਰੀ ਕੈਂਪੇਨ ਲੱਗੀ ਚਲਾਈ ਹੈ, ਉਹਦੀ ਜਿਹੜੀ ਫਾਈਨਲ ਮੀਟਿੰਗ ਮੋਗੇ 'ਚ 8 ਤਰੀਕ ਨੂੰ ਹੈ, ਉਹਦੇ ਸੰਬੰਧ ਵਿੱਚ ਅਸੀਂ ਸਾਰੇ ਅੱਜ ਮੀਟਿੰਗ ਕਰ ਰਹੇ ਹਾਂ। ਸਰ, ਜਿਹੜੇ ਭਗਵੰਤ ਮਾਨ ਕਹਿ ਰਿਹਾ ਤੁਹਾਡੇ ਨਾਲ ਉੱਥੇ ਇਲੈਕਸ਼ਨ ਲੜਨ ਵਾਸਤੇ? ਬਹੁਤ ਜ਼ਰੂਰ ਆਏ ਆ, ਜ਼ਰੂਰ ਆਏ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।